बहुत चंगे सरकार योग ने साडे मैडम प्रदीप कौर, बट हाँ बंदे मजबूत पहला भी तो कई मजबूरियां रही मैडम दियां बेचारियां ने। कैप्टन अमरिंदर सिंह बुजुर्ग ने, पर मेरी एक गल मैं उन्होंने बेनती करना चाहना हाथ जोड़ के, बहुत वधिया उन्हां दा रिहा नज़ारे लए, 10 साल 9.5 साल मुख्यमंत्री रहे ने, ये गल वो छड़ देन, नहीं तो जिहड़ा पहला भी एक बारी पार्टी बनाई सी जो हाल उन्हां दा उदों होया सी उही दुबारे होण वाला है। जमानत जब तक ना हुई बीते दिन साबका मुख्यमंत्री कैप्टन अमरिंदर सिंह ने ऐलान किया कि वो आने वाली विधानसभा चोणां च पटियाला तो ही चोन लड़नगे। कैप्टन अमरिंदर सिंह दे इस ऐलान तो बाद कांग्रेसी उन्हां ते भड़कदे विखाई दे रहे ने। हुण ट्रांसपोर्ट मंत्री राजा वड़िंग ने कैप्टन ते तिखा वार किया है अते कहा कि कैप्टन ने पहला 9.5 साल तक मुख्यमंत्री बन के खूब मौजा लिया, हुण इस गल नूं छड़ देना चाहीदा है। वड़िंग ने इत्थे कैप्टन नूं सिद्धा चैलेंज भी कर दिता है अते कहा ओ जिथे मर्जी चोण लड़ लैण, जमानत जबत ना होई तां मैनूं राजा वड़िंग ना आखियो। अज जी असी मैं ते डॉक्टर मनोहर जी असी सानू हुक्म होया सी चन्नी साहब वालों और मेरे महकमे दे PRTC दे चेयरमैन भाई सतविंदर सिंह जी बने हैं, सो उन्हां दी ताजपोशी सी अज उन्हां नूं कुर्सी ते बिठाउण वास्ते आए सी और मैं मुबारकबाद देण वास्ते आया कि एक आम सधारण परिवार दे व्यक्ति नूं, आपदे परिवार दे व्यक्ति नूं नहीं, आम बंदे नूं आम मुख्यमंत्री ने PRTC दा चेयरमैन बनाया। शर्मा जी चेयरमैन ने, लेकिन मैनू सारे ने दस्या भी असीं शर्मा जी नूं कदे वेख्या नहीं, सो मैं ही नहीं वेख्या यार मिलिया। ਗਾਂਚ ਨਹੀਂ ਜੀ, ਮੈਂ ਪਹਿਲਾਂ ਵੱਡੇ ਲੁਟੇਰਿਆਂ ਨੂੰ ਫੜ ਲਾਂ ਇੱਕ ਵਾਰੀ, ਫਿਰ ਮੈਂ ਹੌਲੀ ਹੌਲੀ, ਕਿਉਂਕਿ ਮੇਰੇ ਕੋਲ ਸਮਾਂ ਉਨਾ ਕੁ ਹੈ, ਸਾਰੇ ਫਰੰਟ ਖੋਲਾਂਗਾ ਤਾਂ ਸ਼ਾਇਦ, ਲੇਕਿਨ 100% ਜਿਨ੍ਹਾਂ ਲੋਕਾਂ ਦੇ ਕਰਕੇ ਡਿਪਾਰਟਮੈਂਟ ਨੂੰ ਨੁਕਸਾਨ ਪਹੁੰਚਿਆ ਉਹਨਾਂ ਦੇ ਗਾਂਚ ਨਹੀਂ ਗਿਰੇਗੀ, ਉਹਨਾਂ ਤੇ ਕਾਰਵਾਈ ਹੋਊਗੀ, ਕੱਲੀ ਗਾਂਚ ਗਿਰਨ ਨਾਲ ਕੰਮ ਨਹੀਂ ਚੱਲੇਗਾ। ਕੋਈ ਡਿਪਾਰਟਮੈਂਟਲ ਇਨਕੁਆਇਰੀ ਵੀ ਹੈਗੀ ਹੈ ਸਰ ਇੰਟਰਨਲ, ਕਿਉਂਕਿ ਹੈ ਤਾਂ ਉਹੀ ਅਫਸਰ ਨੇ ਨਾ PRTC ਦੇ, ਜਿਨ੍ਹਾਂ ਕਰਕੇ 100% ਅਸੀਂ ਇਹਦੀ ਇਨਕੁਆਇਰੀ ਅਸੀਂ ਬਣਾ ਲਿਆ ਸਾਰੇ ਤੱਥ, ਜਲਦੀ ਹੀ ਇਹਦੀ ਸਿੱਟ ਬਣਾ ਕੇ ਇਨਕੁਆਇਰੀ ਸ਼ੁਰੂ ਕਰਨੀ। ਨੋ ਡਾਊਟ ਤੁਸੀਂ ਪਟਿਆਲਾ ਦੇ ਵਿੱਚ ਵੀ ਵਧੀਆ ਕੰਮ ਕਰ ਰਹੇ ਹੋਗੇ, ਬੱਸਾਂ ਦੇ ਉੱਪਰ ਨਕੇਲ ਪਾ ਰਹੇ ਹੋ, ਪਰ ਪਟਿਆਲਾ ਦੇ ਵਿੱਚ ਫਿਰ ਪ੍ਰਾਈਵੇਟ ਬੱਸਾਂ ਧੜੱਲੇ ਨਾਲ ਕੰਮ ਕਰ ਰਹੀਆਂ ਨੇ, ਗੁੰਡਾਗਰਦੀ ਕਰਦੀਆਂ ਨਜ਼ਰ ਆ ਰਹੀਆਂ ਨੇ। ਨਹੀਂ ਯਾਰ, ਜਾਂ ਤਾਂ ਕੋਈ ਸਬੂਤ ਦਿਓ, ਗੁੰਡਾਗਰਦੀ ਇਦਾਂ ਤੁਸੀਂ ਕਹਿ ਦਿਓਗੇ ਪ੍ਰਾਈਵੇਟ ਬੱਸਾਂ ਕਿੱਥੋਂ ਟੂਰਿਸਟ ਬੱਸ ਦਾ ਜਿਹੜਾ ਉਹਦੇ ਕੋਲੇ ਕੰਟਰੈਕਟ ਕੈਰੇਜ ਦਾ ਪਰਮਿਟ ਹੁੰਦਾ ਹੈ, ਅਗਰ ਉਹਦੇ ਕੋਲੇ ਹੈਗਾ ਤੇ ਉਹਨੇ ਮੇਰਾ ਟੈਕਸ ਭਰਿਆ ਤੇ ਉਹ ਜਾ ਸਕਦੀ ਹੈ। ਮੈਂ ਕਹਿੰਦਾ ਕਿ ਮੈਂ ਤੁਹਾਡੇ ਨਾਲ ਹੁਣੇ ਚੱਲ ਵੜਦੇ, ਆਪਾਂ ਦੇਰੀ ਕਿਉਂ ਕਰਨੀ ਹੈ, ਵੀਡੀਓ ਕਿਉਂ ਬਣਾਉਣੀ ਹੈ, ਜਿਹੜਾ ਜਿਹੜਾ ਹੋਇਆ ਉਹਨੂੰ ਰੱਖ ਲਾਂਗੇ, ਨਹੀਂ ਫੜ ਕੇ ਇੰਪਾਊਂਡ ਕਰ ਦਿਆਂਗੇ, ਪਰ ਮੇਰੇ ਕਹਿਣ ਦਾ ਮਤਲਬ ਕਿ ਨਿਯਮ ਸਭ ਅਸਤੇ ਕਾਨੂੰਨ ਸਭ ਅਸਤੇ। ਚਾਰ ਦਿਨ ਪਹਿਲਾਂ ਟਰਾਂਸਪੋਰਟਰਸ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਪਟਿਆਲਾ, ਉਹਨਾਂ ਨੇ ਕਿਹਾ ਜੀ ਜਿਵੇਂ ਤੁਸੀਂ ਇੱਥੇ ਕਿਹਾ ਵੀ PRTC ਦਾ ਜਿਹੜਾ ਟੈਕਸ ਹੈ ਉਹ ਤਾਂ ਹੈ ਹੀ ਹੈ, ਉਹ ਕਹਿੰਦੇ ਨੇ ਕਿ ਕਾਂਗਰਸੀ ਬੜੇ ਲੀਡਰ ਨੇ ਇੱਦਾਂ ਦੇ ਜਿਨ੍ਹਾਂ ਦੀਆਂ ਬੱਸਾਂ, ਉਹਨਾਂ ਦੇ ਉੱਪਰ ਰਾਜਾ ਜੀ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਤੱਕ। ਦੇਖੋ ਜੀ, ਪੰਜਾਬ ਦੇ ਇਹ ਜਿਹੜੇ ਲੋਕ ਇਹ ਕਹਿੰਦੇ ਨੇ, ਪੰਜਾਬ ਦੇ ਸਾਨੂੰ ਇਹ ਜਿਹੜਾ ਵਿੰਡੇਟਾ ਦੀ ਗੱਲ ਕਰਦੇ ਨੇ, ਇਹਨਾਂ ਨੂੰ ਇਹ ਜ਼ਰਾ ਪੁੱਛੋ, 14 ਕਰੋੜ ਰੁਪਇਆ ਸੁਖਬੀਰ ਬਾਦਲ ਦਾ ਪਿਛਲੀ ਵਾਰੀ ਮਾਫ਼ ਹੋ ਗਿਆ, 2020 'ਚ ਕਾਂਗਰਸ ਗੌਰਮੈਂਟ ਨੇ ਕਰਤਾ, ਅਮਰਿੰਦਰ ਸਿੰਘ ਨੇ ਕੀਤਾ, ਸਾਰਿਆਂ ਨੂੰ ਟੈਕਸ ਵੇਵ ਆਫ ਕਰਤਾ, 1 ਸਾਲ ਦਾ ਟੈਕਸ ਵੇਵ ਆਫ, ਯਾਨੀ ਕਿ 100 ਕਰੋੜ ਰੁਪਇਆ ਜਿੰਨੇ ਬੱਸ ਓਪਰੇਟਰਸ ਨੇ ਇਹਨਾਂ ਨੂੰ ਕੋਰੋਨਾ ਕਾਲ ਦਾ ਦਿੱਤਾ, ਜਦਕਿ ਕੋਰੋਨਾ ਨਾ ਕੇਵਲ ਬੱਸਾਂ ਵਾਲੇ 'ਤੇ ਆਇਆ, ਕੋਰੋਨਾ ਹੋਟਲ ਵਾਲੇ 'ਤੇ ਵੀ ਆਇਆ, ਕੋਰੋਨਾ ਦਿਹਾੜੀ ਵਾਲੇ 'ਤੇ ਵੀ ਆਇਆ, ਕੋਰੋਨਾ ਪੈਲਸ ਵਾਲੇ 'ਤੇ ਵੀ ਆਇਆ, ਹਰ ਵਪਾਰ ਦਾ ਧੰਦੇ ਦਾ ਨੁਕਸਾਨ ਹੋਇਆ, ਲੇਕਿਨ ਟੈਕਸ ਦੇ ਵਿੱਚ ਰਿਬੇਟ ਕਿਹਨੂੰ ਮਿਲਿਆ, ਮਾਫ਼ੀ ਕਿਹਨੂੰ ਮਿਲੀ 100 ਕਰੋੜ ਦੀ, ਬੱਸਾਂ ਵਾਲਿਆਂ ਨੂੰ ਮਿਲੀ।
ਇਹ ਤਾਂ ਬਿਲਕੁਲ ਕਹਿਣਾ ਛੱਡ ਦੇਣ ਕਿ ਇਟਸ ਅ ਵੈਂਡੇਟਾ ਪੋਲਿਟਿਕਸ। ਜਿੱਥੋਂ ਰਹੀ ਕਾਂਗਰਸ ਦੀ ਗੱਲ, ਅਵਤਾਰ ਹੈਨਰੀ ਬਾਵਾ ਹੈਨਰੀ ਦੀ ਬੱਸ ਦਾ ਮੈਂ ਪਰਮਿਟ ਹੀ ਰੱਦ ਕਰ ਦਿੱਤਾ ਗਿਆ, 5 ਬੱਸਾਂ ਇੰਪਾਊਂਡ ਕੀਤੀਆਂ ਹੋਈਆਂ। ਝੂਠ ਬੋਲ ਰਿਹਾ ਸੁਖਬੀਰ ਸਿੰਘ ਬਾਦਲ, ਗ੍ਰੀਨ ਬੱਸ ਇੰਪਾਊਂਡ ਕੀਤੀ ਵੀ ਹੈ, ਰਈਆ ਬੱਸ ਪਿਆਰ ਬੱਸ ਇੰਪਾਊਂਡ ਕੀਤੀ ਵੀ ਹੈ। ਮੇਰੇ ਕੋਲ ਸਬੂਤ ਹਨ, ਜੇ ਕੋਈ ਲੈਣਾ ਚਾਹੇ। ਮੈਂ ਕੋਰਟ ਦੇ ਵਿੱਚ ਪੇਸ਼ ਕੀਤੇ, ਉਹ ਕੋਰਟ 'ਚ ਗਏ ਕਿ ਟੈਕਸ, ਇੱਕ ਕੰਪਨੀ ਕੋਰਟ 'ਚ ਗਈ ਕਿ ਕੇਵਲ ਟੈਕਸ ਸਾਤੋਂ ਹੀ ਮੰਗਿਆ ਜਾ ਰਿਹਾ। ਜਦ ਉਹ ਗਏ ਤਾਂ ਅਸੀਂ ਕੋਰਟ ਦੇ ਵਿੱਚ ਦੱਸਿਆ ਕਿ ਪੰਜਾਬ ਦੇ ਹਰ ਟਰਾਂਸਪੋਰਟਰ ਤੋਂ ਟੈਕਸ ਮੰਗਿਆ ਜਾ ਰਿਹਾ। ਫਿਰ ਉਹਨਾਂ ਨੇ ਇਲਜ਼ਾਮ ਲਾਏ, ਪਾਰਟੀਕੂਲਰਲੀ 3 ਕੰਪਨੀਆਂ ਦੇ ਨਾਮ ਲਿਖੇ, ਉਹਨਾਂ ਦੀਆਂ ਬੱਸਾਂ ਦੇ ਇੰਪਾਊਂਡ ਦੇ ਚਲਾਨ ਪੇਸ਼ ਕੀਤੇ। ਬ੍ਰਿੰਗ ਸਾਹਿਬ, ਜਿਹੜੀਆਂ ਬੱਸਾਂ ਇੰਪਾਊਂਡ ਹੈ, ਜਿੱਥੇ ਤੁਸੀਂ ਰੇਡ ਮਾਰਨ ਜਾਂਦੇ ਹੋ, ਅਚਾਨਕ ਜਾਂਦੇ ਹੋ, ਤੁਹਾਡੇ ਜਾਣ ਤੋਂ ਪਹਿਲਾਂ ਤੁਹਾਡੀ ਰੇਡ ਲੀਕ ਹੋ ਜਾਂਦੀ ਹੈ, ਬੱਸ ਸਟੈਂਡ ਤੋਂ ਪ੍ਰਾਈਵੇਟ ਬੱਸਾਂ ਬਾਹਰ ਨਿਕਲ ਜਾਂਦੀਆਂ ਨੇ, 5 ਮਿੰਟ ਦੇ ਵਿੱਚ ਸਾਰਾ ਬੱਸ ਸਟੈਂਡ ਜਿਹੜਾ ਹੈਗਾ PRTM ਪ੍ਰਾਈਵੇਟ ਬੱਸਾਂ। ਤੁਹਾਨੂੰ ਕੀ ਪਤਾ ਹੈ, ਮੈਂ ਤਾਂ ਇੱਥੇ ਆਇਆ ਹੀ ਨਹੀਂ ਰੇਡ ਮਾਰਨ। ਤੁਸੀਂ ਇੱਕ ਵਾਰ ਆਏ ਸੀਗੇ, ਬਿਲਕੁਲ ਬੱਸ ਖਾਲੀ ਹੋ ਗਈ ਸੀ ਪਟਿਆਲੇ। ਨਹੀਂ, ਮੈਂ ਆਇਆ ਸੀ ਤੇ ਮੈਂ ਬੱਸਾਂ ਫੜ ਕੇ ਰਾਜਪੁਰੇ ਸਾਰੀਆਂ ਫੜ ਕੇ ਅੰਦਰ ਦਿੱਤੀਆਂ ਸੀ ਪਟਿਆਲੇ ਤੇ ਮੈਂ ਰੇਡ ਵਾਸਤੇ ਨਹੀਂ ਆਇਆ। 23 ਤਰੀਕ ਨੂੰ PRTM ਜੋ ਪਣਵਾਦ ਦੀ ਜਿਹੜੀ ਹੜਤਾਲ ਆ, ਉਹਨੂੰ ਕਿਸ ਤਰ੍ਹਾਂ ਦੇ? ਭਾਈ 23 ਤਰੀਕ ਨੂੰ ਬਿਲਕੁਲ ਹੜਤਾਲ ਨਹੀਂ ਹੋਏਗੀ। ਮੇਰੇ ਉਹ ਸਾਥੀ ਸੰਗੀ ਨੇ, ਉਹਨਾਂ ਦੀਆਂ ਜਿਹੜੀਆਂ ਪਹਿਲਾਂ ਵੀ ਸ਼ਰਤਾਂ, ਉਹਨਾਂ ਦੀਆਂ 30% ਉਹਨਾਂ ਦੀ ਤਨਖਾਹ 'ਚ 4500 ਰੁਪਏ ਦਾ ਵਾਧਾ ਆਲਰੇਡੀ ਕਰ ਦਿੱਤਾ ਗਿਆ। 5% ਚੰਨੀ ਸਾਹਿਬ ਨੇ ਉਹਨਾਂ ਨੂੰ ਹਰ ਸਾਲ ਇਨਕਰੀਮੈਂਟ ਦੀ ਗੱਲ ਕੀਤੀ ਹੈ, ਔਰ ਜਿਹੜੇ ਲੋਕਾਂ ਨੂੰ 10 ਸਾਲ ਹੋ ਗਏ ਉਹਨਾਂ ਨੂੰ ਪੱਕਿਆਂ ਦੀ ਗੱਲ ਕੀਤੀ ਹੈ। ਹੁਣ ਵੀ ਉਹਨਾਂ ਨਾਲ ਸਾਡੀ ਬੈਠ ਕੇ ਅੱਜ ਹੀ ਮੀਟਿੰਗ ਹੈ, ਔਰ ਮੈਨੂੰ ਪੂਰਨ ਉਮੀਦ ਹੈ ਕਿ ਕੋਈ PRTC ਦਾ ਮੁਲਾਜ਼ਮ ਅਤੇ 5 ਬੱਸ ਦਾ ਮੁਲਾਜ਼ਮ ਜਿਹੜੇ ਰਾਜ ਲੀਡਰ, ਜਿਹੜੇ ਨੇਤਾ ਹੈਗੇ ਨੇ, ਉਹ ਕੈਪਟਨ ਅਮਰਿੰਦਰ ਸਿੰਘ ਨਾਲ ਜਾ ਰਹੇ ਹੈ, ਮੀਟਿੰਗਾਂ ਕਰਕੇ ਆ ਰਿਹਾ, ਕੋਈ ਕਾਰਵਾਈ ਕੀਤੀ ਜਾ ਰਹੀ ਪਾਰਟੀ ਵੱਲੋਂ? ਕੋਈ ਵੀ ਜਿਹੜਾ ਲੀਡਰ ਜਾ ਰਿਹਾ ਯਾਰ, ਮੀਟਿੰਗ ਤਾਂ ਕਿਸੇ ਨਾ ਕੋਈ ਕਰ ਹੀ ਸਕਦਾ, ਪਰ ਪਾਰਟੀ ਅਲੱਗ ਬਣਾ ਲਈ। ਜਦੋਂ ਪਾਰਟੀ ਦੇ ਵਿੱਚ ਜਾ ਕੇ ਸ਼ਮੂਲੀਅਤ ਕਰਨਗੇ, ਬਿਲਕੁਲ 100% ਇਹ ਤਾਂ ਰੂਲ ਹੈ ਪਟਿਆਲਾ ਦੇ। ਜਦੋਂ ਕਿਸੇ ਨੇ ਪਾਰਟੀ ਹੋਰ ਬਣਾ ਕੇ, ਵੇਖੋ ਮਿਲਣਾ ਗਿਲਣਾ ਅਲੱਗ ਗੱਲ ਹੈ, ਅਗਰ ਕੋਈ ਉਹਨਾਂ ਦੀ ਪਾਰਟੀ ਸ਼ਮੂਲੀਅਤ ਕਰੇਗਾ ਤਾਂ ਡਿਸਿਪਲਿਨ ਜਿਹੜਾ ਐਕਸ਼ਨ ਹੈ ਉਹਦਾ ਹੋਏਗਾ। ਪਟਿਆਲਾ ਦੇ ਮੇਅਰ ਨੂੰ ਲੈ ਕੇ ਗੱਲਬਾਤ ਕਾਫੀ ਦੇਰ ਤੋਂ ਚੱਲ ਰਹੀ ਹੈ, ਬਦਲ ਲਈ ਇੱਕ ਮਿੰਟ ਬ੍ਰਿੰਗ ਸਾਹਿਬ, ਪਟਿਆਲਾ ਦੇ 20 ਹਾਂਜੀ ਆਪਣੀ ਪਾਰਟੀ ਬਣਾ ਰਿਹਾ, ਨਾਲ ਵੀ ਕਰਦਾ ਜੀ ਪਟਿਆਲਾ ਬਲੌਕ ਹੋ ਸਕਦਾ ਹੈਗਾ ਉਹ, ਮੈਂ ਤਾਂ ਚਾਹੁੰਦਾ ਜੀ, ਕਹਿ ਰਹੇ ਮੈਂ ਪਰਿਵਾਰ ਦੇ ਨਾਲ ਹੀ ਰਹਾਂਗਾ। ਮੇਰੀ ਇੱਕ ਗੱਲ ਯਾਦ ਰੱਖਿਓ, ਮੈਂ ਬਹੁਤ ਮੇਰੇ ਸਤਿਕਾਰਯੋਗ ਨੇ ਕੈਪਟਨ ਅਮਰਿੰਦਰ ਸਿੰਘ, ਬਜ਼ੁਰਗ ਨੇ, ਮੈਂ ਉਹਨਾਂ ਨੂੰ ਕੋਈ ਐਸੀ ਗੱਲ ਨਹੀਂ ਕਹਿਣੀ ਚਾਹੁੰਦਾ, ਪਰ ਮੇਰੀ ਇੱਕ ਗੱਲ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੱਥ ਜੋੜ ਕੇ। ਬਹੁਤ ਵਧੀਆ ਉਹਨਾਂ ਦਾ ਰਿਹਾ, ਨਜ਼ਾਰੇ ਲਏ, 10 ਸਾਲ 9.5 ਸਾਲ ਮੁੱਖ ਮੰਤਰੀ ਰਹੇ ਨੇ, ਇਹ ਗੱਲ ਉਹ ਛੱਡ ਦੇਣ, ਨਹੀਂ ਤਾਂ ਜਿਹੜਾ ਪਹਿਲਾਂ ਵੀ ਇੱਕ ਵਾਰੀ ਪਾਰਟੀ ਬਣਾਈ ਸੀ, ਜੋ ਹਾਲ ਉਹਨਾਂ ਦਾ ਉਦੋਂ ਹੋਇਆ ਸੀ ਉਹੀ ਦੁਬਾਰੇ ਹੋਣ ਵਾਲਾ। ਜ਼ਮਾਨਤ ਜਬ ਤੱਕ ਨਾ ਹੋਈ ਤਾਂ ਮੈਨੂੰ ਰਾਜਾ ਵੜਿੰਗ ਨਾ। ਪਟਿਆਲੇ ਦੇ 20 ਕੌਂਸਲਰ ਕੱਲ੍ਹ ਦੇ ਮਹਿਲ 'ਚ ਬੰਦ ਕੀਤੇ ਹੋਏ ਅੰਦਰ ਦੇ, ਉਹਨਾਂ ਨੂੰ ਉਦੋਂ ਤੱਕ ਬਾਹਰ ਨਹੀਂ ਆਉਣ ਦੇ ਕਹਿੰਦੇ ਜਾਗੇ ਜਦੋਂ ਤੱਕ ਹਾਊਸ ਮੀਟਿੰਗ। ਇਹ ਤਾਂ ਪੁਰਾਣਾ ਰਿਵਾਜ ਹੈ, ਰਾਜੇ ਮਹਾਰਾਜੇ ਆਮ ਲੋਕਾਂ ਨੂੰ ਪਹਿਲਾਂ ਵੀ ਬੰਦੀ ਬਣਾ ਲੈਂਦੇ ਸੀ, ਇਹ ਕਿਹੜਾ ਨਵੀਂ ਗੱਲ ਹੈ? ਕੋਈ ਗੱਲ ਨਹੀਂ ਆ ਜਾਣਗੇ। ਵੜਿੰਗ ਸਾਹਿਬ, ਤੁਸੀਂ ਹੁਣੇ 5000 ਪਰਮਿਟ ਜਿਹੜੇ ਹੈ ਆਮ ਜਨਤਾ ਨੂੰ ਦੇਣ ਦੀ ਗੱਲ ਕੀਤੀ ਹੈ, ਕੋਈ ਇਸ ਟਾਈਪ ਦਾ ਹੋਰ ਵੀ ਕੋਈ ਪਲਾਨਿੰਗ ਹੈਗੀ PRTC ਦੀ ਆਮ ਜਨਤਾ ਲਈ? ਨਹੀਂ, ਆਮ ਜਨਤਾ ਵਾਸਤੇ ਸਾਹਿਬ ਅਸੀਂ ਪਰਮਿਟਸ ਦੇ ਜਿਹੜਾ ਨੋਟਿਸਿਸ ਦਿੱਤਾ ਸੀ ਅਖਬਾਰ ਦੇ ਵਿੱਚ ਐਡਵਰਟਾਈਜ਼ਮੈਂਟ, ਲੋਕਾਂ ਨੇ ਅਪਲਾਈ ਕਰ ਦਿੱਤੇ ਗਏ, 18 ਤਰੀਕ ਉਹਨਾਂ ਦੀ ਲਾਸਟ ਸੀ, ਹੁਣ ਅਸੀਂ ਉਹਨੂੰ ਸਬਮਿਟਣਾ ਕਰ ਰਹੇ ਹਾਂ ਅਤੇ ਉਹਦਾ ਪ੍ਰੋਸੈਸ ਹੈ ਜਿਹੜਾ ਉਹ ਫਾਈਨਲ ਕਰਕੇ ਜਲਦੀ ਹੀ ਚੰਨੀ ਸਾਹਿਬ ਦੇ ਹੱਥੋਂ ਉਹਨਾਂ ਲੋਕਾਂ ਨੂੰ ਪਰਮਿਟਸ ਦਵਾ ਦਿੱਤੇ ਜਾਣਗੇ। ਹਾਂ, ਮਾਊਆਣਾ ਵੀ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ, ਜਾ ਕੇ ਪਿੰਡ ਦੇ ਵਿੱਚ ਡਰਾਈਵਿੰਗ ਸਕੂਲ ਬਣਾਤਾ ਇੱਕ, ਜਿਹੜਾ ਲੱਭਿਆ ਨਹੀਂ ਥਿਉਂਦਾ, ਲੰਬੀ ਦੇ ਵਿੱਚ ਬਣਾਤਾ ਜਿੱਥੇ ਕੋਈ ਨਹੀਂ, ਆਪਦਾ ਲੋਕਾਂ ਨੂੰ ਪੰਜਾਬ ਦਾ ਪੈਸਾ ਖਰਾਬ ਕੀਤਾ। ਉਹਨੂੰ ਕਿਸੇ ਡਿਸਟ੍ਰਿਕਟ ਹੈੱਡਕੁਆਰਟਰ 'ਤੇ ਬਣਾਉਣਾ ਚਾਹੀਦਾ ਸੀ, ਲੇਕਿਨ ਉਹਦਾ ਅਸੀਂ ਕੁਛ ਨਾ ਕੁਛ ਹੱਲ ਕਰ ਰਹੇ ਹਾਂ। ਮਾਊਆਣੇ ਜਾਣ ਦੀ ਲੋੜ ਨਹੀਂ ਪਏਗੀ, ਉਹਨਾਂ ਦੇ ਜ਼ਿਲ੍ਹਾ ਹੈੱਡਕੁਆਰਟਰ 'ਤੇ ਹੀ ਉਹਨਾਂ ਦਾ ਲਾਇਸੈਂਸ ਬਣ ਗਿਆ। ਮੈਨੂੰ ਪਤਾ ਯਾਰ, ਤੂੰ ਕੀ ਪੁੱਛਣਾ ਚਾਹੁੰਦਾ ਹੈ, ਤੂੰ ਪਾਕਿਸਤਾਨ ਦੀ ਗੱਲ ਕਰਨਾ ਚਾਹੁੰਦਾ, ਮੈਂ ਨਹੀਂ ਦੱਸਾਂਗਾ, ਨਹੀਂ ਦੱਸਾਂਗਾ। ਮਹਾਰਾਣੀ ਪ੍ਰਨੀਤ ਕੌਰ ਨੇ ਕੱਲ੍ਹ ਬਿਆਨ ਦਿੱਤਾ, ਮੈਂ ਪਰਿਵਾਰ ਦੇ ਨਾਲ ਰਵਾਂਗੀ, ਮੈਂਬਰ ਪਾਰਲੀਮੈਂਟ ਕਾਂਗਰਸ ਨੂੰ ਉਹਨੇ ਕੀ ਲੱਗ ਰਿਹਾ ਕਿ ਪਾਰਟੀ ਪ੍ਰਧਾਨ ਜਾਂ ਮੁੱਖ ਮੰਤਰੀ ਸਾਹਿਬ ਕੋਈ? ਚੰਗੀ ਗੱਲ ਹੈ, ਮੈਡਮ ਨੂੰ ਪਰਿਵਾਰ ਨਾਲ ਹੀ ਰਹਿਣਾ ਚਾਹੀਦਾ, ਹੁਣ ਪਰਿਵਾਰ ਨੂੰ ਛੱਡ ਕੇ ਥੋੜ੍ਹੀ ਕੋਈ ਆਉਂਦਾ, ਇਹ ਤਾਂ ਤੁਸੀਂ ਗੱਲ ਸਵਾਲ ਕਰਦੇ ਹੋ ਯਾਰ, ਕੋਈ ਐਕਸ਼ਨ ਲੈ ਸਕਦੇ ਪਾਰਟੀ? ਸ਼ੀ ਇਜ਼ ਅ ਵੈਰੀ ਨਾਈਸ ਲੇਡੀ, ਬਹੁਤ ਚੰਗੇ ਸਤਿਕਾਰਯੋਗ ਨੇ ਸਾਡੇ ਮੈਡਮ ਪ੍ਰਨੀਤ ਕੌਰ, ਬਟ ਹਾਂ, ਬੰਦੇ ਨੂੰ ਮਜ਼ਬੂਰ, ਪਹਿਲਾਂ ਵੀ ਤਾਂ ਕਈ ਮਜ਼ਬੂਰੀਆਂ ਰਹੀਆਂ ਮੈਡਮ ਦੀਆਂ ਵਿਚਾਰਿਆਂ ਦੀਆਂ, ਅਤੇ ਉਹਨਾਂ ਨੇ ਆਪਦੇ ਪਰਿਵਾਰ ਨਾਲ ਹੀ ਰਹਿਣਾ ਹੈ, ਪਰਿਵਾਰ ਨੂੰ ਕਿਵੇਂ ਛੱਡਿਆ ਜਾ ਸਕਦਾ ਹੈ? ਪਾਰਟੀ ਦੇ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਕਦੇ ਪਰਿਵਾਰ ਨੂੰ ਨਹੀਂ ਛੱਡਿਆ, ਅਤੇ ਹੁਣ ਕੀ ਛੱਡਣਾ ਵਿਚਾਰਿਆ? ਚੰਨੀ ਸਾਹਿਬ ਦੀ ਅਗਵਾਈ ਅਤੇ ਸਿੱਧੂ ਸਾਹਿਬ ਦੀ ਜੋੜੀ ਦੋਵਾਂ ਦੀ, ਇਹ ਮੈਨੂੰ ਲੱਗਦਾ 80ਆਂ ਦਾ ਰਿਕਾਰਡ ਵੀ ਤੋੜ ਦੇ। ਮੁੱਖ ਮੰਤਰੀ ਦਾ ਚਿਹਰਾ ਵੀ ਤੁਹਾਨੂੰ ਦੱਸ ਦੇਣਗੇ ਲੋਕ, ਜਾਂ ਮੇਰਾ ਮੇਰਾ ਮੈਂ ਨਹੀਂ ਦੱਸ ਸਕਦਾ, ਇਹ ਕਾਂਗਰਸ ਪਾਰਟੀ ਨੇ ਫੈਸਲਾ ਲੈਣਾ ਹੈ, ਸ਼੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ ਨੇ ਫੈਸਲਾ ਲੈਣਾ ਹੈ, ਮੁੱਖ ਮੰਤਰੀ ਦਾ ਚਿਹਰਾ ਵੀ ਦਿੱਤਾ ਜਾਊ, ਬਿਨਾਂ ਮੁੱਖ ਮੰਤਰੀ ਤੋਂ 80 ਸੀਟਾਂ ਸੀ। ਪਟਿਆਲਾ ਦੇ ਮੇਅਰ ਬਦਲ ਜਾ ਰਹੇ ਹੋ? ਮੈਨੂੰ ਇਸ ਬਾਰੇ ਨਹੀਂ ਪਤਾ ਯਾਰ।